ਦੋਸਤਾਂ ਨੂੰ ਸਾਰੇ ਵੀਰਾਂ ਨੂੰ ਮੇਰੀ ਤਰਫੋਂ ਸਲਾਮ। ਅੱਲਾਹ ਪਾਕ ਤਾਲਾ ਤੁਹਾਨੂੰ ਸਲਾਮਤ ਰੱਖੇ, ਮੇਰੇ ਦੋਸਤਾਂ ਨੂੰ, ਵੀਰਾਂ ਨੂੰ, ਬੱਚਿਆਂ ਨੂੰ। ਅਤੇ ਤੁਸੀਂ ਬਹੁਤ ਮੁਹੱਬਤ ਦਾ ਸਬੂਤ ਦਿੱਤਾ ਜੇ, ਮੈਨੂੰ ਇੰਨੀ ਪਰੇਸ਼ਾਨੀ ਯਕੀਨ ਕਰੋ ਨਹੀਂ ਹੋਈ, ਕਿਉਂਕਿ ਮੈਂ ਆਪਣੀ ਜਗ੍ਹਾ ਦੇ ਉੱਤੇ ਠੀਕ ਸਾਂ, ਤੁਸੀਂ ਆਪਣੀ ਜਗ੍ਹਾ ਦੇ ਉੱਤੇ ਠੀਕ ਸੋ। ਇਸ ਵਾਸਤੇ ਮੇਰੀ ਗੁਜ਼ਾਰਿਸ਼ ਹੈ ਕਿ ਵੀਡੀਓ ਨੂੰ ਪੂਰਾ ਤੁਸੀਂ ਦੇਖਿਆ ਜੇ, ਤਾਂ ਕਿ ਤੁਹਾਨੂੰ ਮੇਰਾ ਵੀ ਪਤਾ ਲੱਗ ਜਾਵੇ ਔਰ ਕੀ ਹਾਲਾਤ ਸਨ ਔਰ ਕੀ ਉੱਥੇ ਬਣਿਆ, ਇਹ ਵੀ ਤੁਹਾਨੂੰ ਪਤਾ ਲੱਗ ਜਾਵੇ। ਇਸ ਲਈ ਪੂਰੀ ਵੀਡੀਓ ਦੇਖਿਆ ਜੇ, ਮਿਹਰਬਾਨੀ। ਅਤੇ ਵੀਡੀਓ ਸ਼ੁਰੂ ਕਰਨਾ ਜਨਾਬ। ਇਹ ਗੱਲਬਾਤ ਜਿਹੜੀ ਹੈ, ਮੈਂ ਇਸੇ ਤਰ੍ਹਾਂ ਹੀ ਬੈਠਾ ਹੋਇਆ ਸਾਂ ਅਤੇ ਮੈਨੂੰ ਇੱਕ, ਮੈਂ ਤਾਂ ਇੰਤਜ਼ਾਰ ਕਰਦਾ ਪਿਆ ਸਾਂ ਕਿ ਮੈਂ ਜਾਵਾਂਗਾ ਹਫ਼ਤੇ ਨੂੰ ਗੁਜਰਾਤ ਮੰਡੀ। ਅਤੇ ਗੁਜਰਾਤ ਮੰਡੀ ਤਾਂ ਮੈਂ ਸਵੇਰੇ ਸਵੇਰੇ ਉੱਠਿਆ ਅਤੇ ਮੈਨੂੰ ਮੈਸੇਜ ਆਇਆ, ਪਹਿਲਾ ਵਟਸਐਪ ਦੇ ਉੱਤੇ ਮੇਰੇ ਮੈਸੇਜ ਆਇਆ, ਇਹ ਦੋਸਤ ਹੈਗੇ ਨੇ, ਇਹਨਾਂ ਦਾ ਮੈਸੇਜ ਆਇਆ, ਇਹ ਤਸਵੀਰ ਜੀ ਉਹਨਾਂ ਦੀ, ਇਹ ਤਸਵੀਰ ਜੀ ਇਹਨਾਂ ਦਾ ਮੈਨੂੰ ਮੈਸੇਜ ਆਇਆ ਔਰ ਮੈਸੇਜ ਤੁਹਾਨੂੰ ਮੈਂ ਸੁਣਵਾਉਣਾ ਕਿ ਇਹਨਾਂ ਦਾ ਮੈਸੇਜ ਕੀ ਆਇਆ। ਅਤੇ ਇਹ ਦੇਖੋ, ਇਹਨਾਂ ਦਾ ਮੈਨੂੰ ਮੈਸੇਜ ਆਇਆ ਜੀ, ਲਓ ਜਨਾਬ ਮੈਨੂੰ ਇਹ ਬੰਦੇ ਦਾ ਫੋਨ ਆਇਆ। ਇਹ ਹੁਣੇ ਤੁਸੀਂ ਦੇਖਿਆ ਹੋਣਾ, ਪਹਿਲੇ ਉਹਨੇ ਤਸਵੀਰ ਇਹ ਹੁਣੇ ਲਾਲ ਸ਼ਰਟ ਦੀ ਲਾਈ ਸੀ, ਹੁਣ ਇਹ ਘੋੜੇ ਦੀ ਤਸਵੀਰ ਲੱਗੀ ਹੋਈ ਹੈ। ਮੈਂ ਮੈਸੇਜ ਵੇਖ ਲਿਆ, ਇਹਦਾ ਤੁਹਾਨੂੰ ਮੈਸੇਜ ਮੈਂ ਸੁਣਵਾਉਣਾ। ਇਹ ਮੈਂ ਇਹ ਖੋਲਿਆ ਜੇ, ਸਭ ਨਾਲੋਂ ਪਹਿਲੇ ਇਹ ਵੇਖੋ, ਨੰਬਰ ਵੀ ਉਹਨੇ ਮੈਨੂੰ ਕਲਾਇਆ ਸੀ। ਇਹ ਸਭ ਨਾਲੋਂ ਪਹਿਲਾ ਮੈਸੇਜ ਹਫ਼ਤੇ ਦੀ ਸਵੇਰ ਨੂੰ ਮੈਨੂੰ ਇਹ ਮੈਸੇਜ ਆਇਆ। ਇਹ ਮੈਸੇਜ ਸੁਣੋ। ਬਾਬਾ ਜੀ, ਕੱਲ੍ਹ ਸਿਆਲਕੋਟ ਬਜਵਾਤ ਮੇਲਾ, ਉੱਥੇ ਸਿਆਲਕੋਟ ਦੇ ਜਿੰਨੇ ਵੀ ਟੋਲੇ ਬਾਅਦ ਘੋੜੇ ਨੇ ਸਾਰੇ ਜਾਣੇ ਨੇ। ਇਸ ਸਾਲ ਕੱਲ੍ਹ ਜਿਹੜਾ ਤੁਸੀਂ ਪਹੁੰਚੋ ਉੱਥੇ ਬਜਵਾਤ ਤਵੀ, ਸਿਆਲਕੋਟ ਦਾ ਬਾਰਡਰ ਏ ਬਜਵਾਤ, ਉੱਥੇ ਮੇਲਾ ਸਾਇੰਸ ਹੈਨ ਦਾ। ਉੱਥੇ ਪਹੁੰਚੋ, ਸਿਆਲਕੋਟ ਦੇ ਜਿੰਨੇ ਵੀ ਜਾਨਵਰ ਨੇ ਛੋਕੀ ਰੱਖੇ ਤੇ ਸਾਰੇ ਜਾਨਵਰ ਉੱਥੇ ਜਾਣੇ ਨੇ, ਪਹੁੰਚ ਗਏ ਨੇ ਜਾਨਵਰ। ਸਾਡੇ ਚਾਰ ਜਾਨਵਰ ਜਾ ਰਹੇ ਨੇ ਕੱਲ੍ਹ ਉੱਥੇ, ਅਤੇ ਇਤਵਾਰ ਦੀ ਸੜਕੀ ਵਾਪਸ ਦੀ ਉੱਥੋਂ ਮੇਲੇ ਤੋਂ ਵਾਪਸੀ ਰੇਸਾਂ ਹੋਣੀਆਂ, ਅਤੇ ਵੇਖੋ ਵੇਖੋ ਜਾ ਕੇ ਮੇਲਾ ਵੀ ਚੱਸ ਲਓ ਜਾਏ, ਨਾਲੇ ਵੀਡੀਓ ਸ਼ੀਡੀਓ ਬਣਾ ਕੇ ਤੁਹਾਨੂੰ ਵਿਛਾਣੀ ਕਰੀਏ। ਲਓ ਜਨਾਬ, ਇਹ ਤੁਸੀਂ ਮੈਸੇਜ ਸੁਣਿਆ ਜੇ। ਇਹ ਮੈਸੇਜ ਤੋਂ ਬਾਅਦ ਮੈਂ ਇੱਥੋਂ, ਮੈਂ ਆਖਿਆ ਚਲੋ, ਮੇਰੇ ਦੋਸਤ ਕਹਿੰਦੇ ਨੇ, ਕਈ ਦੋਸਤ ਕਹਿੰਦੇ ਨੇ ਕਿ ਬਾਬਾ ਮੰਡੀਆਂ ਦੇ ਵਿੱਚ ਨਾ ਤੂੰ ਜਾਇਆ ਕਰ, ਸਾਨੂੰ ਕੋਈ ਅੱਛੇ ਜਾਨਵਰ ਵਿਖਾਇਆ ਕਰ। ਅਤੇ ਮੈਂ ਆਖਿਆ ਯਾਰ, ਇਹ ਬੰਦਾ ਜੋ ਕਹਿੰਦਾ ਪਿਆ, ਤਾਂ ਚਲੋ ਮੰਡੀ 'ਚ ਨਹੀਂ ਜਾਂਦਾ, ਜਿਵੇਂ ਸਬਸਕ੍ਰਾਈਬਰ ਕਹਿੰਦੇ ਪਏ ਨੇ, ਚਲੋ ਇੱਧਰ ਚਲਾ ਜਾਣਾ, ਅੱਛੇ ਘੋੜੇ ਹੋਣਗੇ। ਮੈਂ ਉੱਥੇ ਚਲਾ ਗਿਆ। ਹੁਣ ਉੱਥੇ ਜਾ ਕੇ ਮੈਂ ਇੱਥੋਂ ਨਿਕਲਿਆ, ਅਤੇ ਅੱਗੇ ਨਿਕਲ ਕੇ, ਅਤੇ ਮੈਂ ਹੁਣ ਤੁਹਾਨੂੰ ਦੱਸ ਦੇਣਾ, ਅੱਗੇ ਨਿਕਲ ਕੇ ਹੁਣ ਮੈਂ ਇੱਥੋਂ ਗਿਆ ਸਭ ਨਾਲੋਂ ਪਹਿਲੇ ਮੁਲਤਾਨ ਚੁੰਗੀ ਦੇ ਉੱਤੇ। ਮੁਲਤਾਨ ਚੁੰਗੀ ਦੇ ਉੱਤੇ ਪਹੁੰਚ ਕੇ ਮੈਂ ਉੱਥੇ ਇੰਟਰੋ ਦਿੱਤਾ ਕਿ ਮੈਂ ਜੇ ਚੱਲਿਆ ਉੱਥੇ, ਇੱਕ ਦੋਸਤ ਨੇ ਸਾਨੂੰ ਬੁਲਾਇਆ, ਉਹ ਵੀਡੀਓ ਦਾ ਮੈਂ ਦਿੱਤਾ ਵੀ ਸ਼ੁਰੂ ਮੈਂ ਕਰ ਰਿਹਾ। ਉਸ ਤੋਂ ਬਾਅਦ ਮੈਂ ਰਕਸ਼ੇ ਦੇ ਉੱਤੇ ਬੈਠ ਗਿਆ। ਰਕਸ਼ੇ ਦੇ ਉੱਤੇ ਬੈਠ ਕੇ ਮੈਂ ਸਿੱਧਾ ਗਿਆ ਉੱਥੇ ਸਿਆਲਕੋਟ ਵਾਲੀ ਬੱਸ 'ਤੇ, ਟਿਕਟ ਲਈ ਹੈ, ਬੱਸ ਦੇ ਵਿੱਚ ਮੈਂ ਬੈਠਾ। ਬੱਸ ਦੇ ਵਿੱਚ ਬੈਠ ਕੇ ਅਤੇ ਮੈਂ ਉੱਥੇ ਚਲਾ ਗਿਆ ਸਿਆਲਕੋਟ। ਠੀਕ ਹੈ, ਹੁਣ ਸਿਆਲਕੋਟ ਜਦੋਂ ਮੈਂ ਉੱਥੇ ਪਹੁੰਚਿਆ, ਮੈਂ ਸਿਆਲਕੋਟ ਪਹੁੰਚ ਕੇ, ਅਤੇ ਇਹ ਵੇਖੋ ਇਹ ਮੈਸੇਜ ਸੁਣੋ, ਸਿਆਲਕੋਟ ਪਹੁੰਚ ਕੇ ਮੈਂ ਫਿਰ ਇਹਨੂੰ ਮੈਸੇਜ ਕੀਤਾ, ਸੋਰੀ ਸੋਰੀ ਇੱਕ ਮਿੰਟ ਕਲੋ ਜਾਓ। ਜਦੋਂ ਮੈਂ ਬੱਸ ਦੇ ਵਿੱਚ ਬੈਠਾ ਨਾ ਜੀ, ਜਦੋਂ ਮੈਂ ਰਸਤੇ ਦੇ ਵਿੱਚੋਂ ਜਾ ਰਿਹਾ ਸਾਂ ਅਤੇ ਥੋੜ੍ਹਾ ਜਿਹਾ ਵਿੱਚੋਂ ਰਹਿ ਗਿਆ, ਜਦੋਂ ਮੈਂ ਉਹ ਬਲਾਲ ਟਰੈਵਲ ਦੇ ਉੱਤੋਂ ਉੱਥੋਂ ਬਹਿ ਗਿਆ ਬੱਸ ਦੇ ਉੱਤੇ ਜਿਹੜੀ ਨਵੀਂ ਸਿਆਲਕੋਟ ਦਾ ਬਣਿਆ ਹੋਇਆ, ਜਦੋਂ ਮੈਂ ਉੱਥੇ ਬੈਠਾ, ਇਹ ਮੇਰਾ ਵਟਸਐਪ ਜਿਹੜਾ ਨਾ ਉਹ ਬੰਦ ਹੋ ਗਿਆ। ਇਹ ਮੋਬਾਈਲ ਜਿਹੜਾ ਨਾ, ਇਹ ਮੇਰਾ ਮੋਬਾਈਲ ਇਹ ਖਰਾਬ ਹੈ, ਇਹਦੇ ਵਿੱਚ ਸੈਮਸੰਗ ਇਹਦਾ ਮੋਬਾਈਲ ਹੈ, ਅਤੇ ਇਹਦੀ ਬੈਟਰੀ ਜਿਹੜੀ ਨਾ ਫਿਕਸ ਹੈਗੀ ਹੈ। ਉਹ ਬੈਟਰੀ ਥੋੜ੍ਹੀ ਦੇਰ ਹੀ ਚੱਲਦੀ, ਜਿੰਨਾ ਮਰਜ਼ੀ ਤੁਸੀਂ ਕਰ ਲਵੋ। ਉਹਨਾਂ ਨੇ ਕਿਹਾ ਬਾਬਾ ਜੀ, ਅਤੇ ਇਹਦਾ ਟੱਚ ਸਾਰਾ ਟੁੱਟਿਆ ਹੋਇਆ, ਅਤੇ ਉਹ ਮੈਂ ਵੀਡੀਓ ਬਣਾਈ ਇਹਦੇ ਉੱਤੋਂ,
ਉਹ ਮੈਂ ਵੀਡੀਓ ਉੱਥੇ ਬਣਾਈ। ਮੈਂ ਕਿਹਾ ਜੀ ਮੇਰਾ ਇਹ ਵਟਸਐਪ ਜਿਹੜਾ ਨਾ ਟੁੱਟਿਆ ਹੋਇਆ, ਇਹ ਵੀ ਜਿਹੜਾ ਨਾ ਇਹ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਹੀ ਤੁਹਾਨੂੰ ਨਜ਼ਰ ਆ ਜਾਏਗਾ। ਅਤੇ ਉਹ ਮੈਂ ਇਹ ਲੈ ਕੇ ਅਤੇ ਇਹ ਬੰਦ ਹੋ ਗਿਆ, ਅਤੇ ਜਿਹੜਾ ਮੇਰੇ ਕੋਲ ਮੋਬਾਇਲ ਜਿਹਦੇ ਨਾਲ ਮੈਂ ਵੀਡੀਓ ਬਣਾਉਂਦਾ ਪਿਆ ਸਾਂ, ਇਹ ਮੇਰੇ ਭਾਈ ਉਮਰ ਦਾ ਮੋਬਾਇਲ ਜਿਹੜਾ ਮੈਂ ਇਹਦੇ ਕੋਲ ਮੰਗ ਕੇ ਲੈ ਗਿਆ। ਮੈਂ ਕਿਹਾ ਯਾਰ ਤੂੰ ਦੇ। ਅਤੇ ਇੱਕ ਸੈੱਟ ਮੇਰੇ ਕੋਲ, ਇਹ ਕਾਲਾ ਸੈੱਟ ਹੈ, ਇਹ ਵੇਖੋ ਇਹ ਮੇਰੇ ਕੋਲ ਕਾਲਾ ਸੈੱਟ ਜੇ, ਇਹ ਕਾਲਾ ਸੈੱਟ ਮੇਰੇ ਕੋਲ ਸੀ। ਇਹ ਮੈਂ ਉੱਥੇ ਲੈ ਗਿਆ, ਇਹਦੀ ਕੋਈ ਬੈਟਰੀ ਵਿੱਚੋਂ ਹਿੱਲ ਜਾਂਦੀ ਹੈ ਅਤੇ ਉਹ ਕਿਤੇ ਕਿਤੇ ਟ੍ਰਿਪ ਹੋ ਜਾਂਦੀ ਹੈ ਅਤੇ ਫਿਰ ਉਹ ਲਾ ਗੱਤਾ ਪਿੱਛੇ ਰੱਖੀਏ, ਉਹ ਸਿਸਟਮ। ਮੈਂ ਜਦੋਂ ਉੱਥੇ ਗਿਆ ਸਿਆਲਕੋਟ, ਅਤੇ ਸਿਆਲਕੋਟ ਜਦੋਂ ਮੈਂ ਪਹੁੰਚਿਆ ਨਾ, ਤਾਂ ਮੈਂ ਉੱਥੋਂ ਗੱਡੀ 'ਤੇ ਉਤਰਿਆ ਅਤੇ ਇਹ ਵੇਖੋ ਫਿਰ ਮੈਂ ਮੈਸੇਜ ਇਹਨੂੰ ਕੀਤਾ ਇਹਦੇ ਵਿੱਚੋਂ। ਹਾਂ, ਉਹ ਗੱਡੀ ਜਿੱਥੇ ਲਾਰੀ ਅੱਡਾ ਸੀ ਨਾ, ਉਹਦੇ ਸਾਹਮਣੇ ਮੋਬਾਈਲਾਂ ਵਾਲੀਆਂ ਦੁਕਾਨਾਂ ਨੇ। ਮੈਂ ਕਿਹਾ ਯਾਰ ਹੁਣ ਮੈਂ ਕੀ ਕਰਾਂ, ਇਹਦੇ ਵਿੱਚ ਤਾਂ ਇਹਨੇ ਨੰਬਰ ਦੱਸਿਆ ਹੋਇਆ ਸੀ। ਮੈਂ ਉਹਦੇ ਕੋਲ ਗਿਆ, ਮਿੰਨਤ ਕੀਤੀ ਪਠਾਨ ਦੀ ਭਾਅ ਜੀ ਥੋੜ੍ਹੀ ਜਿਹੀ ਲੁਪੀ ਲਾਇਆ ਜੇ, ਮੈਂ ਇਹਦੇ ਵਿੱਚੋਂ ਮੈਸੇਜ ਕੱਢਣਾ। ਉਹਦੀ ਮਿਹਰਬਾਨੀ, ਦੋ ਚਾਰ ਪਠਾਨ ਤਾਂ ਨਹੀਂ ਮੰਨੇ ਮਗਰ ਇੱਕ ਮੰਨ ਗਿਆ। ਮੈਂ ਉਹਦਾ ਨੰਬਰ ਕੱਢ ਲਿਆ, ਨੰਬਰ ਕੱਢ ਕੇ ਮੈਂ ਕਾਲੇ ਮੋਬਾਈਲ ਦੇ ਉੱਤੇ ਡਾਇਲ ਕੀਤਾ, ਕਾਲੇ ਮੋਬਾਈਲ 'ਤੇ ਡਾਇਲ ਕੀਤਾ। ਉਹਨਾਂ ਜਿਕਰ ਨੂੰ ਇਹਦੇ ਉੱਤੇ ਉਹ ਆਇਆ ਹੋਇਆ ਸੀ। ਮੈਂ ਕਿਹਾ ਇਹਨੂੰ ਫਿਰ ਫਟਾਫਟ ਜਿਹੜਾ ਨਾ ਮੈਂ ਇਹਨੂੰ ਕਾਲ ਕੀਤੀ, ਕਿਉਂਕਿ ਇਹਦਾ ਨੰਬਰ ਵੀ ਤਾਂ ਇਹਦੇ ਉੱਤੇ ਸੀ, ਇਹਦੇ ਉੱਤੇ ਤਾਂ ਨਹੀਂ ਸੀ, ਇਹ ਤਾਂ ਬਾਹਰ ਦਾ ਨੰਬਰ ਹੈ, ਮੈਂ ਇਹਦੇ 'ਤੇ ਤਾਂ ਨਹੀਂ ਮਿਲਾ ਸਕਦਾ ਸਾਂ। ਉਹ ਬੰਦੇ ਦਾ ਨੰਬਰ ਤਾਂ ਮੈਂ ਕੱਢ ਲਿਆ ਜਿਹਦੇ ਕੋਲ ਇਹਨੇ ਮੈਨੂੰ ਟੋਰਿਆ ਸੀ, ਮਗਰ ਇਹਦਾ ਨੰਬਰ ਵਟਸਐਪ ਦੇ ਵਿੱਚ ਹੀ ਸੀ। ਇਹਨੂੰ ਵਟਸਐਪ 'ਤੇ ਮੈਸੇਜ ਕੀਤਾ, ਮੈਂ ਕਿਹਾ ਭਾਅ ਜੀ ਮੈਂ ਇੱਥੇ ਪਹੁੰਚ ਗਿਆ ਤਾਂ ਕਿੱਥੇ ਹੈਗਾ ਬੰਦਾ ਉਹ? ਇਹ ਫਿਰ ਉਹਨੇ ਜਿਹੜਾ ਨਾ, ਇਹ ਵੇਖੋ ਮੈਸੇਜ, ਇਹਨੇ ਫਿਰ ਅੱਗੋਂ ਕੀ ਮੈਨੂੰ ਜਵਾਬ ਦਿੱਤਾ? ਜੀ ਜੀ ਬਾਬਾ ਜੀ, ਆਪ ਤੁਸੀਂ ਜਿਹੜਾ ਹੁਣੇ ਟੁੱਟ ਜਾਓ, ਸਹੀ ਹੈ, ਹੁਣੇ ਹੀ ਉੱਥੇ ਮੇਲਾ ਲੱਗਾ ਦਾ, ਉੱਥੇ ਦੁਨੀਆ ਮਸਲ ਕੇ ਕੱਲ੍ਹ ਸੜਕੀ ਹਫ਼ਤੇ ਦੀ ਰਾਤ ਅਤੇ ਇਤਵਾਰ ਦੀ ਸੜਕੀ ਘੋੜੇ ਤੋਂ ਟੁੱਟ ਪੈਣਗੇ ਤਵੀ ਤੋਂ, ਤਾਂ ਬਹੁਤ ਵੱਡਾ ਸ਼ੌਕ ਹੈ ਇਹ ਜਨਾਬ ਉਹਦੇ ਮੈਸੇਜ ਹੈਗੇ ਜੇ। ਇਹ ਉਹਨੇ ਮੈਨੂੰ ਉਸ ਬੰਦੇ ਦਾ ਨੰਬਰ ਦੇ ਦਿੱਤਾ, ਇਹ ਵੀ ਇਸ ਬੰਦੇ ਨਾਲ ਤੁਸੀਂ ਰਾਬਤਾ ਕਰ ਲਿਆ ਜੇ। ਇਹ ਵੇਖੋ ਇਹ ਅਗਲੇ ਬੰਦੇ ਦਾ ਮੈਨੂੰ ਉਹਨਾਂ ਨੇ ਦੇ ਦਿੱਤਾ ਇਹ ਨੰਬਰ। ਇਹ ਬੰਦੇ ਦਾ ਮੈਨੂੰ ਨੰਬਰ ਦੇ ਦਿੱਤਾ ਜਿਹਦੇ ਨਾਲ ਮੈਂ ਉੱਥੇ ਰਾਬਤਾ ਕਰਨਾ ਸੀ। ਉਸ ਤੋਂ ਬਾਅਦ ਮੈਂ ਫੋਨ ਚੁੱਕ ਨਹੀਂ ਰਿਹਾ ਉਹ ਬੰਦਾ, ਮੈਂ ਸਿਆਲਕੋਟ ਆਇਆ ਹੋਇਆ ਲੇਕਿਨ ਮੇਰਾ ਫੋਨ ਨਹੀਂ ਚੁੱਕ ਰਿਹਾ ਜਿਹੜਾ ਤੁਸੀਂ ਇਹ ਨੰਬਰ ਦਿੱਤਾ ਜੇ। ਇਹ ਨੰਬਰ 'ਤੇ ਮੈਂ ਫੋਨ ਕਰਦਾ ਪਹਿਲਾਂ ਕਿ ਚੁੱਕ ਨਹੀਂ ਰਿਹਾ, ਅਤੇ ਹੁਣ ਵਟਸਐਪ ਮੇਰਾ ਮੋਬਾਈਲ ਜਿਹੜਾ ਨਾ ਉਹ ਖਰਾਬ ਹੈ, ਅਤੇ ਦੂਸਰਾ ਛੋਟਾ ਮੇਰੇ ਕੋਲ ਕਾਲਾ ਸੈੱਟ ਹੈਗਾ ਉਹਦੇ ਵਿੱਚ ਇਹੋ ਹੀ ਨੰਬਰ ਹੈਗਾ, ਜੇਕਰ ਇਹ ਵਟਸਐਪ ਮੇਰਾ ਬੰਦ ਵੀ ਹੋ ਜਾਵੇ ਤਾਂ ਉਹਨਾਂ ਨੂੰ ਕਹਿ ਦੇਣਾ ਪਲੀਜ਼ ਇਸ ਨੰਬਰ 'ਤੇ ਰਾਬਤਾ ਕਰ ਲੈ। ਚਲੋ ਠੀਕ ਹੈ ਬਾਬਾ ਜੀ, ਮੈਂ ਇਹਨੂੰ ਫੋਨ ਮਾਰਨਾ ਵਾ। ਠੀਕ ਹੈ ਜੀ, ਠੀਕ ਹੋ ਗਿਆ, ਠੀਕ ਹੋ ਗਿਆ ਜੀ। ਠੀਕ ਹੈ ਬਾਬਾ ਜੀ, ਇੱਕ ਮਿੰਟ, ਮੈਂ ਤੁਹਾਨੂੰ ਉੱਥੇ ਪੰਜ ਮਿੰਟ ਦਿਓ ਜੀ। ਬਾਬਾ ਜੀ, ਤੁਸੀਂ ਇਸ ਟਾਈਮ ਕਿੱਥੇ ਹੋ? ਆਪਣਾ ਲਾਡੀ ਡੇ ਖਲੋਤੇ ਤੇ ਹੋ, ਕਿੱਥੇ ਖਲੋਤੇ ਤੇ? ਬੰਦੇ ਨਾ ਹੋਇਆ ਰਾਬਤਾ ਵਟਸਐਪ 'ਤੇ ਮੇਰਾ, ਅਤੇ ਉਹ ਕਹਿੰਦਾ ਪਿਆ ਕਿ ਅਸੀਂ ਮੇਲੇ ਪਹੁੰਚ ਗਏ ਹਾਂ। ਤੁਸੀਂ ਕਿੱਥੇ ਖਲੋਤੇ ਹੋ? ਆਪਣੀ ਲੋਕੇਸ਼ਨ ਦੱਸਿਓ ਮੈਨੂੰ ਜ਼ਰਾ। ਹਾਂਜੀ ਬਾਬਾ ਜੀ, ਕੀ ਹਾਲ ਹੈ? ਠੀਕ ਹੋ ਬਾਬਾ ਜੀ? ਉਹ ਤਾਂ ਮੇਲੇ 'ਤੇ ਨਿਕਲ ਗਏ ਜੀ, ਉਹ ਸੁਬਾਹ ਨਿਕਲ ਗਏ ਹਨ 8 ਵਜੇ ਨਾਲ। ਸਹੀ ਹੈ, ਮੇਰੀ ਉਹਨਾਂ ਨਾਲ ਗੱਲ ਹੋਈ ਹੈ, ਉਹ ਕਹਿੰਦਾ ਅਸੀਂ ਮੇਲੇ 'ਤੇ ਪਹੁੰਚ ਗਏ ਹਾਂ, ਅਤੇ ਤੁਸੀਂ ਉੱਥੇ ਹੀ ਪਹੁੰਚਣਾ ਜੀ, ਸਾਈ ਸਹਿਣ ਦਾ ਮੇਲਾ ਬਜਵਾਤ, ਬਜਵਾਤ ਮੇਲਾ ਸਾਈ ਸਹਿਣ ਦਾ, ਤੁਸੀਂ ਉਸ ਇਲਾਕੇ 'ਚ ਪਹੁੰਚਣਾ। ਜੋ ਤੁਸੀਂ ਨਾਲ ਲਵੋਗੇ ਤਾਂ ਬੱਸਾਂ ਤੁਹਾਨੂੰ ਉੱਥੇ ਮਿਲ ਜਾਣਗੀਆਂ, ਤੋਰ ਤੱਕ ਜਾਣ ਦੀਆਂ। ਸਫ਼ਰ ਅੱਗੇ ਵਾਹ ਵਾ, ਨਹੀਂ ਤਾਂ ਮੁੰਡਾ ਕਹਿੰਦਾ ਮੈਂ ਵਾਪਸ ਆਈ ਜਾਣਾ ਸੀ, ਸਫ਼ਰ ਵਾਹ ਵਾ ਉਹਨਾਂ ਦਾ। ਅਤੇ ਉਹਨਾਂ ਕਿਹਾ, ਕਹਿੰਦੇ ਨੇ ਇੱਥੇ ਘਰਾ ਦਿਓ, ਸਿਰ ਗੋਬਾ ਬਿਹਾਉਣ ਲਾਂਗੇ। ਮੈਂ ਚਲੋ ਵਧੀਆ ਹੋ ਗਿਆ। ਮੈਂ ਬਜਵਾਤ ਵਾਲੀ ਬੱਸ 'ਤੇ ਉੱਥੇ ਬਹਿ ਕੇ, ਅਤੇ ਇਹ ਕਿਹੜਾ ਮੁਸਤਾਫਾ ਹੈ? ਸਜਰਾ, ਛੋਟਾ ਸਜਰਾ,
ਉੱਥੇ ਹੈਗਾ ਜੇ ਜਿਹੜਾ ਤੁਸੀਂ ਮੈਨੂੰ ਨੰਬਰ ਦਿੱਤਾ ਨਾ ਮੈਂ ਉਹਨਾਂ 'ਤੇ ਕਾਲ ਕੀਤੀ ਹੈ ਜਨਾਬ ਅਤੇ ਉਹ ਕਹਿੰਦਾ ਪਿਆ ਕਿ ਮੈਨੂੰ ਤੁਹਾਡੇ ਬਾਰੇ 'ਚ ਨਹੀਂ ਦੱਸਿਆ ਮੈਂ ਕਿਹਾ ਜੀ ਤੁਹਾਨੂੰ ਮੇਰੇ ਬਾਰੇ 'ਚ ਨਹੀਂ ਦੱਸਿਆ ਉਹ ਕਹਿੰਦਾ ਨਹੀਂ ਤਾਂ ਤੁਸੀਂ ਉਹਨੂੰ ਜ਼ਰਾ ਫੋਨ 'ਤੇ ਕਰੋ ਉਹ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਲਓ ਜੀ ਜਦੋਂ ਮੈਂ ਫਿਰ ਉਹਨਾਂ ਨੇ ਮੈਂ ਬੰਦੇ ਨੂੰ ਫੋਨ ਕੀਤਾ ਅਤੇ ਉਹਨੇ ਸੁਣ ਲਿਆ ਉਹ ਕਹਿੰਦਾ ਮੈਂ ਤੁਹਾਨੂੰ ਜਾਣਦਾ ਹੀ ਨਹੀਂ ਮੈਂ ਫਿਰ ਇਹਨਾਂ ਨੂੰ ਗਿਆ ਬਾਬਾ ਜੀ ਤੁਸੀਂ ਇਸ ਟਾਈਮ ਕਿੱਥੇ ਹੋ ਆਪਣਾ ਲਾਡੀ ਡੇ ਖਲੋਤੇ ਦੇ ਹੋ ਕਿੱਥੇ ਖਲੋਤੇ ਦੇ ਹੋ ਬੰਦੇ ਨਾ ਹੋਇਆ ਰਾਬਤਾ ਵਟਸਐਪ 'ਤੇ ਮੇਰਾ ਅਤੇ ਉਹ ਕਹਿੰਦਾ ਪਿਆ ਕਿ ਅਸੀਂ ਮੇਲੇ ਪਹੁੰਚ ਗਏ ਹਾਂ ਤੁਸੀਂ ਕਿੱਥੇ ਖਲੋਤੇ ਹੋ ਆਪਣੀ ਲੋਕੇਸ਼ਨ ਸਾਨੂੰ ਦੱਸਿਓ ਹੁਣ ਤਾਂ ਹਾਂਜੀ ਬਾਬਾ ਜੀ ਕੀ ਹਾਲ ਹੈ ਠੀਕ ਹੋ ਬਾਬਾ ਜੀ ਉਹ ਤਾਂ ਮੇਲੇ 'ਤੇ ਨਿਕਲ ਗਏ ਜੀ ਉਹ ਸੁਬਾਹ ਨਿਕਲ ਗਏ ਹਨ 8 ਵਜੇ ਦਾ ਅਤੇ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਉਹ ਕਹਿੰਦਾ ਜੀ ਮੇਲੇ 'ਤੇ ਪਹੁੰਚ ਗਏ ਹਾਂ ਅਤੇ ਤੁਸੀਂ ਉੱਥੇ ਹੀ ਪਹੁੰਚਣਾ ਜੀ ਸਾਈ ਸਹਿਣ ਦਾ ਮੇਲਾ ਵਜੂਆਤ ਵਜੂਆਤ ਮੇਲਾ ਸਾਈ ਸਹਿਣ ਦਾ ਅੰਮ੍ਰਿਤ ਗੁੱਜਰ ਪੁਰਾਡੋ ਘੋੜੀਆਲਾ ਉਹਦੇ ਲੰਗਰ ਹਾਲੇ ਦੇ ਵਿੱਚ ਤੁਸੀਂ ਜਾਣਾ ਉਹ ਮੇਰੇ ਮਾਮੂ ਜੀ ਨੇ ਉਹਨਾਂ ਦਾ ਲੰਗਰ ਹਾਲਾ ਸਰ ਮੇਰੇ ਵਾਲਦ ਸਾਹਿਬ ਵੀ ਉੱਥੇ ਨੇ ਹਾਲਤ ਗੁੱਜਰ ਸਾਰੇ ਉੱਥੇ ਹੀ ਨੇ ਦਰਬਾਰ ਦੇ ਉੱਤੇ ਹਲੇ ਰੱਖਦਾ ਗੇਟ ਲੱਗਾ ਜੀ ਦਰਬਾਰ ਦੇ ਉਹਦਾ ਸਭ ਤੋਂ ਪਹਿਲਾਂ ਲੰਗਰ ਹਾਲਾ ਸਾਡਾ ਸ਼ੁਰੂ ਹੁੰਦਾ ਤੁਸੀਂ ਬਸ ਥੋੜ੍ਹਾ ਜਿਹਾ ਲੇਟ ਹੋ ਗਏ ਹੋ ਜੇ ਸਾਰੇ ਭਰਾ ਉੱਥੇ ਟੁੱਟ ਗਏ ਨੇ ਨਹੀਂ ਤਾਂ ਤੁਹਾਨੂੰ ਨਾਲ ਹੀ ਘੱਲਣਾ ਸੀ ਸਿਆਲਕੋਟ ਸ਼ਹਿਰ ਦੇ ਵਿੱਚ ਮੈਂ ਸ਼ਹਿਰ ਦਾ ਸਿਆਲਕੋਟ ਦਾ ਅਤੇ ਮੈਂ ਉਹਨਾਂ ਨਾਲ ਹੀ ਤੁਹਾਨੂੰ ਘੱਲਣਾ ਸੀ ਬਸ ਥੋੜ੍ਹਾ ਜਿਹਾ ਲੇਟ ਹੋ ਗਿਆ ਦੱਸਿਆ ਤੁਹਾਨੂੰ ਹੁਣ ਤੁਹਾਨੂੰ ਉੱਥੇ ਪਹੁੰਚਣਾ ਪੈਣਾ ਉੱਥੇ ਜਾ ਕੇ ਅਤੇ ਮੇਰਾ ਉੱਥੇ ਰਾਬਤਾ ਨਹੀਂ ਪਿਆਉਂਦਾ ਅਤੇ ਸਿਗਨਲ ਵੀ ਤੁਹਾਡੇ ਉੱਠੋ ਹੀ ਜਾਣੇ ਨੇ ਜੇ ਉਹਦੇ ਵਜੂਆਤ ਅੰਦਰ ਵੜਦਾ ਨਾ ਉੱਥੇ ਤੁਸੀਂ ਸਿਗਨਲ ਵੀ ਤੁਹਾਡੇ ਬਿਲਕੁਲ ਉੱਠੋ ਹੀ ਜਾਣੇ ਨੇ ਉਸੇ ਕੋਈ ਸਿਮ ਨਹੀਂ ਚੱਲਦੀ ਉਸ ਏਰੀਆ ਦੇ ਉਹਦੇ ਵਿੱਚ ਤੁਸੀਂ ਬਸ ਉੱਥੇ ਜਾ ਕੇ ਲੰਗਰਖਾਨੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਅੰਮ੍ਰਿਤ ਗੁੱਜਰ ਦਾ ਲੰਗਰਖਾਨਾ ਰਿਹਾ ਗੇਟ ਹੀ ਅਤੇ ਉੱਥੇ ਤੁਸੀਂ ਲੰਗਰਖਾਨਾ ਕਰਨਾ ਤਾਂ ਫਿਰ ਸਾਰੇ ਸ਼ੌਕੀਆਂ ਭਰਾ ਜਿੰਨੇ ਵੀ ਘੋੜੇ ਗਏ ਨੇ ਜਗ੍ਹਾ ਜਗ੍ਹਾ ਲੱਗੇ ਨੇ ਅਤੇ ਸਾਰਿਆਂ ਦੀਆਂ ਵੀਡੀਓ ਤੁਸੀਂ ਬਣਾਉਣੀਆਂ ਨੇ ਮੇਰੇ ਵਾਲਾ ਸਾਹਿਬ ਦਾ ਨਾ ਹਾਲਤ ਗੁੱਜਰ ਸਾਡੀਆਂ 3 ਕੁੜੀਆਂ ਵੇਚਦੀਆਂ ਨੇ 2 ਕੁੜੀਆਂ ਘੋੜਾ ਠੀਕ ਹੈ ਅਤੇ ਹਾਲਤ ਗੁੱਜਰ ਪੁਰਾਣੇ ਘੋੜੀਆਂ ਨੇ ਜੇ ਕਿਸੇ ਸ਼ੌਕੀਆਂ ਨੂੰ ਪੁੱਛੋਗੇ ਨਾ ਅਤੇ ਉਹ ਤੁਹਾਨੂੰ ਦੱਸ ਦੇਗਾ ਸਾਡਾ ਡੇਰਾ ਕਿੱਥੇ ਨੇ ਲਓ ਜਨਾਬ ਇਹ ਸੀ ਸਾਰੀ ਗੱਲਬਾਤ ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਹੁਣ ਜੇ ਚਲੇ ਗਏ ਨੇ ਅਤੇ ਮੈਂ ਕਿਉਂਕਿ ਸਿਆਲਕੋਟ ਖੜਾ ਸਾਂ ਮੈਂ ਕਿਹਾ ਯਾਰ ਹੁਣ ਮੈਂ ਕੀ ਕਰਾਂ ਮੈਂ ਤਾਂ ਐਡੀ ਦੂਰ ਆ ਗਿਆ ਅਤੇ ਗੁਜਰਾਤ ਮੰਡੀ ਵੀ ਨਹੀਂ ਗਿਆ ਅਤੇ ਹਫ਼ਤੇ ਦੀ ਮੰਡੀ ਜਿਹੜੀ ਤਾਂਦਲਾ ਮੰਡੀ ਵੀ ਸੀ ਮੈਂ ਕਿਹਾ ਚਲੋ ਮੈਂ ਇੱਧਰ ਜਾਂਦਾ ਰਹਿੰਦਾ ਫਿਰ ਮੈਂ ਆਪਣੀ ਮਦਦ ਆਪ ਬੱਸ ਦੇ ਉੱਤੇ ਬੈਠ ਗਿਆ ਅਤੇ ਕਿਉਂਕਿ ਮੋਬਾਈਲ ਵੀ ਬੰਦ ਹੋ ਗਿਆ ਮੇਰਾ ਮੋਬਾਈਲ ਖਰਾਬ ਸੀ ਉੱਥੇ ਹੀ ਬੰਦ ਹੋ ਗਿਆ ਜਿਹੜੇ ਮੈਸੇਜ ਇਹਦੇ ਚੱਲਣ ਦੇ ਵਿੱਚ ਜਾਂ ਬੈਟਰੀ ਥੋੜ੍ਹੀ ਜਿਹੀ ਚਾਰਜ ਕਰਾਉਣ ਦੇ ਵਿੱਚ ਜਿਹੜਾ ਮੇਰੇ ਮੈਨੂੰ ਆਏ ਉਹ ਹੀ ਆਏ ਬਾਕੀ ਫਿਰ ਨਹੀਂ ਆਏ ਮੈਂ ਜਨਾਬ ਉੱਥੇ ਮੇਲੇ ਦੇ ਉੱਤੇ ਚਲਾ ਗਿਆ ਮੇਲੇ ਦੇ ਉੱਤੇ ਉਹ ਬੱਸ ਜਿਹੜੀ ਹੈ ਉਹ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਜੇ ਆਸਤਾ ਆਸਤਾ ਜਾ ਰਹੀ ਫਿਰ ਉੱਥੇ ਖਲੋਤੀ ਹੈ ਫਿਰ ਉੱਥੇ ਫਿਰ ਕਈ ਦੋਸਤਾਂ ਦੇ ਜਿਹੜਾ ਹੈਗਾ ਨਾ ਟੈਕਸਲਾ ਦੇ ਵਿੱਚੋਂ ਇੱਕ ਬੰਦੇ ਦਾ ਫੋਨ ਮੈਨੂੰ ਆਇਆ ਉਹਦੇ ਨਾਲ ਵੀ ਮੇਰੀ ਗੱਲਬਾਤ ਹੋਈ ਮੇਰੇ ਭਾਈ ਦਾ ਮੈਨੂੰ ਫੋਨ ਆਇਆ ਮੈਂ ਉਹਨੂੰ ਕਿਹਾ ਜੀ ਇਸ ਜਗ੍ਹਾ 'ਤੇ ਮੈਂ ਹੈਗਾ ਫਿਰ ਮੈਂ ਅੱਗੋਂ ਉੱਥੇ ਚਲਾ ਗਿਆ ਉੱਥੇ ਜਾ ਕੇ ਜਨਾਬ ਮੈਂ ਜਦੋਂ ਪਹੁੰਚਿਆ ਅਤੇ ਉਹ ਇਲਾਕਾ ਜਿਹੜਾ ਹੈਗਾ ਉਹ ਬੜਾ ਖਤਰਨਾਕ ਇਲਾਕਾ ਕਿਉਂਕਿ ਬਾਰਡਰ ਏਰੀਆ ਸੀ ਸਾਰਾ ਉਹ ਜਦੋਂ ਮੈਂ ਉੱਥੇ ਗਿਆ ਉੱਥੇ ਜਾ ਕੇ ਸਾਈਂ ਹੁਸੈਨ ਦੇ ਦਰਬਾਰ 'ਤੇ ਅਤੇ ਉਹ ਬੱਸ ਉਰਾਂ ਹੀ ਲਾਹ ਦਿੰਦੀ ਸੀ ਉਹ ਬੱਸ ਵਾਲਿਆਂ ਨੇ ਮੈਨੂੰ ਕਿਹਾ ਜੀ ਬਾਬਾ ਜੀ ਸਵੇਰੇ ਜਿਹੜਾ ਹੈਗਾ ਨਾ 9:30 ਤੁਸੀਂ ਇੱਥੇ ਆ ਜਾਇਆ ਜੀ ਸਟਾਫ ਦੇ ਉਸ ਤੋਂ ਪਹਿਲਾਂ ਤੁਸੀਂ ਇੱਥੇ ਨਾ ਆਇਆ ਜੀ ਮੈਂ ਕਿਹਾ ਚਲੋ ਠੀਕ ਮੈਂ ਕਿਹਾ ਮੈਂ ਉੱਥੋਂ ਜੀ ਪੈਦਲ ਉੱਥੋਂ ਟੁਰਿਆ ਰਸਤੇ ਦੇ ਵਿੱਚ ਮੇਰੇ ਨਾਲ 2 ਹੋਰ ਵੀ ਮੁੰਡੇ ਨੇ ਆ ਟੁਰੇ ਜਾਂਦੇ ਨੇ ਜਿਹੜੇ ਵੀਡੀਓ ਦੇ ਵਿੱਚ ਅਤੇ ਇਹ ਵੀ ਟੁਰੇ ਜਾਂਦੇ ਜੇ ਮੁੰਡੇ ਫੋਨ ਐ ਵੇਖੋ ਹੁਣ ਫੋਨ ਦੋਸਤਾਂ ਦੇ ਬੜੇ ਆਉਂਦੇ ਪਏ ਨੇ ਲੇਕਿਨ ਮੈਂ ਇਸੇ ਲਈ ਇਹ ਕਰ ਦਿੱਤਾ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਅਤੇ ਜਿਹੜੀ ਆਪ ਜਿਹੜਾ ਨਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਵੇ ਕਈ ਦੋਸਤ ਨੇ ਮੈਂ ਜਲਦੀ ਤੋਂ ਜਲਦੀ ਇਹ ਸਾਰੀ ਗੱਲਬਾਤ ਜਿਹੜੀ ਕਹਾਣੀ ਉਹ ਤੁਹਾਨੂੰ ਸੁਣਾ ਰਿਹਾ ਉਸ ਤੋਂ ਬਾਅਦ ਪਿੰਡ ਜਾਂਦੇ ਨੇ ਅਸੀਂ ਪੈਦਲ ਟੁਰਦੇ ਗਾ ਰਕਸ਼ੇ ਦੇ ਵਿੱਚ ਬੈਠੇ ਅੱਗੇ ਜਾ ਕੇ ਬੜੀ ਮੁਸ਼ਕਲਾਂ ਨਾਲ ਇੱਕ ਬੰਦੇ ਨੂੰ ਫਿਰ ਸਾਨੂੰ ਥੋੜ੍ਹੀ ਜਿਹੀ ਲਿਫਟ ਵੀ ਦਿੱਤੀ ਜਦੋਂ ਪਿੰਡ ਨੇੜੇ ਆ ਗਿਆ ਅਸੀਂ ਉੱਥੇ ਪਹੁੰਚ ਗਏ ਉੱਥੇ ਹੁਣ ਨਾ ਤਾਂ ਮੈਂ ਉਹਨੂੰ ਵੇਖਿਆ ਸੀ ਨਾ ਮੈਂ ਤਾਂ ਉਹਨੂੰ ਵੇਖਿਆ ਨਹੀਂ ਅਤੇ ਮੈਂ ਕਿਹਾ ਸ਼ਾਇਦ ਉਹਨੇ ਮੈਨੂੰ ਵੇਖਿਆ ਹੋਵੇ ਕਿ ਬਾਬਾ ਨਮਾਜ਼ ਦੇ ਮੈਂ ਹਰ ਘੋੜੀਆਂ ਦੇ ਕੋਲ ਫਿਰਦਾ ਰਿਹਾ ਕਿ ਕੋਈ ਮੈਨੂੰ ਜਿਹੜਾ ਕੋਈ ਵੇਖ ਲਵੇ ਮਗਰ ਉੱਥੇ ਜਨਾਬ ਮੈਨੂੰ ਕਿਸੇ ਨੇ ਜਿਹੜਾ ਨਾ ਉਹ ਨਹੀਂ ਪਹਿਚਾਣਿਆ ਬਸ ਇਹ ਹੀ ਜਾਨਵਰਾਂ ਦੀਆਂ ਘੋੜੀਆਂ ਦੀਆਂ ਵੀਡੀਓ ਬਣੀਆਂ ਫਿਰ ਸ਼ਾਮ ਹੋ ਗਈ ਸ਼ਾਮ ਤੋਂ ਬਾਅਦ ਜਨਾਬ ਮੈਂ ਦਰਬਾਰ ਦੇ ਉੱਤੇ ਗਿਆ ਉੱਥੇ ਵਾਕਈ ਕਾਫੀ ਠੰਡ ਹੈਗੀ ਸੀ ਰਾਬਤਾ ਮੇਰਾ ਜਿਹੜਾ ਨਾ ਉਹ ਖਤਮ ਹੋ ਗਿਆ ਅਤੇ ਮੋਬਾਈਲ ਉਹ ਬੰਦ ਹੋ ਗਿਆ ਇਹ ਮੋਬਾਈਲ ਬੰਦ ਹੋ ਗਿਆ
ਅਤੇ ਮੈਂ ਉੱਥੋਂ ਦਾ ਰਹਿ ਗਿਆ। ਮੈਨੂੰ ਬਹੁਤ ਪਰੇਸ਼ਾਨੀ ਮੈਨੂੰ ਵੀ ਆਈ, ਮਗਰ ਮੇਰੀ ਪਰੇਸ਼ਾਨੀ ਉਨੀ ਨਹੀਂ ਸੀ ਜਿੰਨੀ ਤੁਹਾਡੀ ਪਰੇਸ਼ਾਨੀ ਮੇਰੇ ਵਾਸਤੇ ਸੀ। ਅਤੇ ਮੇਰੀ ਵਾਲਦਾ ਨੂੰ ਵੀ ਪਰੇਸ਼ਾਨੀ ਆਈ, ਇਹਨਾਂ ਨੂੰ ਵੀ ਇੰਨੀ ਸਮਝ ਨਹੀਂ ਲੱਗੀ ਕਿ ਸਾਨੂੰ ਕੀ ਕਰਨਾ ਚਾਹੀਦਾ, ਕਿਉਂਕਿ ਖੁਦ ਕਫੀਲ ਮੈਂ ਹਾਂ ਕਰਦਾ। ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਮੈਂ ਜੋ ਵੀ ਇਹ ਗੱਲ ਪੁੱਛਦੇ ਨੇ ਇਹ ਮੇਰੇ ਕੋਲੋਂ ਪੁੱਛਦੇ ਨੇ। ਮੇਰੀ ਵਾਲਦਾ ਹੈਗੀ ਹੈ, ਮੇਰਾ ਭਾਈ ਹੈ ਛੋਟਾ ਉਮਰ, ਮੇਰੇ ਬੀਵੀ ਬੱਚੇ ਨੇ, ਬਸ ਮੇਰੀ ਇਹੋ ਹੀ ਫੈਮਿਲੀ ਹੈਗੀ ਭਾਈ। ਅਤੇ ਜਨਾਬ ਇਹ ਬਹੁਤ ਪਰੇਸ਼ਾਨ ਸੀ, ਇਹਨਾਂ ਦੇ ਜੋ ਦਿਮਾਗ ਦੇ ਵਿੱਚ ਆਈ ਉਸ ਟਾਈਮ ਇਹਨਾਂ ਨੇ ਉਹ ਕੀਤਾ, ਵੀਡੀਓ ਅਪਲੋਡ ਕਰ ਦਿੱਤੀ। ਹਾਲਾਂਕਿ ਮੈਂ ਹੁੰਦਾ ਤਾਂ ਸ਼ਾਇਦ ਵੀਡੀਓ ਅਪਲੋਡ ਇਹਨਾਂ ਨੂੰ ਕਰਨ ਦੀ ਇਜਾਜ਼ਤ ਨਾ ਦਿੰਦਾ, ਕਿਉਂਕਿ ਲੋਕਾਂ ਨੂੰ ਪਰੇਸ਼ਾਨ ਕਰਨ ਦੀ ਪਰੋਂ ਇਹ ਮੈਂ ਨਹੀਂ ਚਾਹੁੰਦਾ ਸੀ ਕਿ ਤੁਹਾਨੂੰ ਤੁਸੀਂ ਪਰੇਸ਼ਾਨ ਹੋਵੋ। ਲੇਕਿਨ ਜੋ ਅੱਲਾ ਪਾਕ ਬਿਹਤਰ ਸੋਹਣਾ ਪਰਵਰਦਿਗਾਰ ਕਰਦਾ, ਇਹਦੇ 'ਚ ਵੀ ਕੋਈ ਬਿਹਤਰੀ ਹੋਵੇਗੀ। ਤੁਹਾਡੀ ਮੁਹੱਬਤ ਮੇਰੇ ਸਾਹਮਣੇ ਆ ਗਈ, ਪਹਿਲੇ ਵੀ ਮੈਂ ਤੁਹਾਡੀ ਮੁਹੱਬਤ ਤੋਂ ਕੋਈ ਪੁਸ਼ੀਦਾ ਨਹੀਂ ਹਾਂ। ਹਰ ਮਸਲੇ 'ਤੇ ਹਰ ਜਗ੍ਹਾ ਦੇ ਉੱਤੇ ਕਿੰਨੀ ਵਾਰੀ ਤੁਸੀਂ ਅੱਲਾ ਨੇ ਤੁਹਾਡੇ ਜ਼ਰੀਏ ਮੇਰੀ ਮਦਦ ਫਰਮਾਈ ਹੈ, ਔਰ ਤੁਸੀਂ ਮੇਰੇ ਨਾਲ ਸ਼ਾਨਾ ਬਸ਼ਾਨਾ ਚੱਲੇ ਜੇ। ਅਤੇ ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ। ਇਵੇਂ ਤਾਂ ਰਿਸ਼ਤੇਦਾਰ ਵੀ ਨਹੀਂ ਕਰਦੇ, ਸਕੇ ਭਰਾ ਵੀ ਨਹੀਂ ਕਰਦੇ, ਜਿਹੜੇ ਮੇਰੇ ਵੀਰ ਹੈਗੇ ਨੇ ਬਾਹਰੋਂ UK ਦੇ ਵਿੱਚੋਂ ਨੇ, ਔਰ ਜਿਹੜੇ ਜਿਹੜੇ ਸਾਰੇ ਜਿੰਨੇ ਕਮੈਂਟਸ ਮੈਂ ਪੜ੍ਹੇ ਨੇ ਸਾਰੇ ਕਮੈਂਟਸ, ਔਰ ਉਹ ਸਾਰੇ ਪਰੇਸ਼ਾਨ ਸਨ। ਮੌਲਵੀ ਸਾਹਿਬ ਨੇ ਵਿੱਚ ਉਹਨਾਂ ਦੇ ਨਾਮ ਮੈਨੂੰ ਨਹੀਂ ਆਉਂਦਾ, ਉਹਨਾਂ ਦੇ ਮੈਂ ਕਮੈਂਟਸ ਪੜ੍ਹੇ ਨੇ। ਅੱਲਾ ਤਾਲਾ ਤੁਹਾਨੂੰ ਸਲਾਮਤ ਰੱਖੇ, ਔਰ ਮੇਰੀ ਦੁਆ ਹੈ ਅੱਲਾ ਤਾਲਾ ਤੁਹਾਨੂੰ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਨਸੀਬ ਕਰੇ। ਔਰ ਰਾਜਾ ਸਾਹਿਬ ਨੇ ਉਹ ਨਿਊਯਾਰਕ ਦੇ ਵਿੱਚੋਂ, ਉਹਨਾਂ ਨੇ ਮੇਰੇ ਵਾਸਤੇ ਬੜੀ ਐਫਰਟ ਕੀਤੀ ਹੈ, ਮੇਰੀ ਫੈਮਿਲੀ ਦੇ ਨਾਲ ਜੁੜੇ ਰਹੇ ਨੇ, ਉਹਨਾਂ ਨੇ ਬੜੀ ਮੁਹੱਬਤ ਦਾ ਸਬੂਤ ਦਿੱਤਾ ਹੈ ਸਾਰਿਆਂ ਨੇ। ਮੈਂ ਜੇ ਅਗਰ ਇੱਕ ਦੇ ਉੱਤੇ ਇੱਕ ਨੂੰ ਕਹਾਂ ਕਿ ਇਹਨੇ ਜ਼ਿਆਦਾ ਮੁਹੱਬਤ ਮੇਰੇ ਨਾਲ ਕੀਤੀ ਹੈ, ਤਾਂ ਉਹ ਗਲਤ ਹੈ। ਮੇਰੇ ਨਾਲ ਸਾਰੇ ਮੁਹੱਬਤ ਕੀਤੀ ਹੈ। ਅੱਲਾ ਪਾਕ ਤੁਹਾਨੂੰ ਸਲਾਮਤ ਰੱਖੇ, ਤੁਹਾਨੂੰ ਖੁਸ਼ ਰੱਖੇ, ਆਬਾਦ ਰੱਖੇ। ਉੱਥੇ ਫਿਰ ਮੈਂ ਜਿਹੜਾ ਨਾ ਸਵੇਰੇ ਉਹ ਇੱਕ ਘੋੜੀਆਂ ਨਚਾਉਣ ਵਾਲੇ ਸੀ, ਇਹ ਵੀਡੀਓ ਦੇ ਵਿੱਚ ਘੋੜੀਆਂ ਨੱਚਦੀਆਂ ਪਈਆਂ ਨਾ ਜੀ, ਇਹ ਘੋੜੀਆਂ ਦੇ ਉਹ ਹੈਗੇ ਸੀ। ਮੈਂ ਇਹਨਾਂ ਨੂੰ ਮਿਹਨਤ ਕੀਤੀ, ਕਿਉਂਕਿ ਮੈਂ ਕਿਹਾ ਮੈਨੂੰ ਯਾਰ ਲਈ ਜਾਇਆ ਜੇ, ਮੈਂ ਕਿਹਾ 9:30 ਤੋਂ ਬਹੁਤ ਦੇਰ ਹੋ ਜਾਏਗੀ, ਮੈਂ ਤਾਂ ਮੰਡੀ ਜਾਣਾ ਤਾਂ ਅਗਲੇ ਮੰਡੀ, ਅਤੇ ਮੈਂ ਤਾਂ ਇੱਥੇ ਫਸ ਗਿਆ। ਇਹਨਾਂ ਦੀ ਫਿਰ ਮੈਂ ਮਿਹਨਤ ਕੀਤੀ, ਇਹਨਾਂ ਦੀ ਗੱਡੀ ਦੇ ਵਿੱਚ ਜਿੱਥੇ ਆ ਡਰਾਈਵ ਮੈਂ ਹੁਣ ਬੈਠਾ ਨਾ, ਆ ਬਾਰੀ ਦੇ ਵਿੱਚ, ਇਹ ਬਾਰੀ ਦੇ ਵਿੱਚ ਹੀ ਮੈਂ ਸਾਰੀ ਰਾਤ ਇੱਥੇ ਹੀ ਸੁੱਤਾ ਰਿਹਾ। ਸਰਦੀ ਦੇ ਵਿੱਚ ਇੰਨੀ ਸਰਦੀ ਸੀ ਉੱਥੇ, ਨੀਂਦ ਵੀ ਮੈਨੂੰ ਨਹੀਂ ਆਈ। ਉਹ ਤਾਂ ਜਦੋਂ ਫਿਰ ਮੈਂ ਵਾਪਸ ਆ ਰਿਹਾ, ਤਾਂ ਇਹ ਵੇਖੋ ਕਿਹੋ ਜਿਹਾ ਰਸਤਾ, ਇਹ ਰਸਤੇ ਦੇ ਵਿੱਚੋਂ ਫਿਰ ਅੱਗੇ ਜਾ ਕੇ ਜਿਹੜਾ ਨਾ ਉਹ ਮੇਰੇ ਸਿਗਨਲ ਆਏ ਨੇ, ਜਦੋਂ ਚੈੱਕ ਪੋਸਟਾਂ ਮੈਂ ਕ੍ਰਾਸ ਕੀਤੀਆਂ ਨੇ, ਪਹਿਲਾ ਫੋਨ ਜਿਹੜਾ ਉਹ ਮੈਨੂੰ ਆਇਆ, ਉਹ ਮੇਰੇ ਭਾਈ ਦਾ ਮੈਨੂੰ ਫੋਨ ਆਇਆ, ਉਸ ਤੋਂ ਬਾਅਦ ਉਹ ਰਾਜਾ ਸਾਹਿਬ ਦਾ ਆਇਆ ਨਿਊਯਾਰਕ ਤੋਂ, ਉਹਨਾਂ ਨੇ ਫੋਨ ਕੀਤਾ, ਫਿਰ ਹੋਰ ਦੋਸਤਾਂ ਨੇ ਮੈਨੂੰ ਫੋਨ ਕੀਤਾ, ਅਤੇ ਬੜੇ ਦੋਸਤਾਂ ਨੇ ਫਿਰ ਮੇਰੇ ਨਾਲ ਫੋਨ 'ਤੇ ਗੱਲਬਾਤ ਕੀਤੀ, ਸਾਰਿਆਂ ਵਾਸਤੇ, ਸਾਰੇ ਉਹਨਾਂ ਦੀਆਂ ਫੈਮਿਲੀਆਂ ਵਾਸਤੇ, ਸਾਰੇ ਬੱਚਿਆਂ ਵਾਸਤੇ, ਜਨਾਬ ਹੱਥ ਚੁੱਕ ਕੇ, ਯਕੀਨ ਕਰੋ ਉੱਥੇ ਹੱਥ ਚੁੱਕ ਕੇ ਮੈਂ ਦਰਬਾਰ ਦੇ ਉੱਤੇ ਹਾਸ਼ਾ ਵਲੀਲਾ, ਮੈਂ ਉੱਥੇ ਸਾਰੇ ਸਬਸਕ੍ਰਾਈਬਰਾਂ ਵਾਸਤੇ, ਮੇਰੇ ਪਿਆਰਿਆਂ ਵਾਸਤੇ ਮੈਂ ਦੁਆ ਫਰਮਾਈ ਹੈ ਦਰਬਾਰ ਦੇ ਉੱਤੇ, ਕਿ ਪਰਵਰਦਿਗਾਰ, ਮੈਂ ਸਾਰਿਆਂ ਦੇ ਨਾਂ ਤਾਂ ਨਹੀਂ ਲੈ ਸਕਦਾ, ਮਗਰ ਪਰਵਰਦਿਗਾਰ ਮੇਰੇ ਨਬੀ ਦੀ ਸੋਹਣੀ ਉਮਤ ਜਿੱਥੇ ਜਿੱਥੇ ਬੈਠੀ ਹੈ, ਖਾਸੋ ਖਾਸ ਕਰਕੇ ਮੇਰੇ ਜਿਹੜੇ ਪਿਆਰ ਕਰਨ ਵਾਲੇ ਨੇ, ਸਬਸਕ੍ਰਾਈਬਰ ਨੇ ਮੇਰੇ, ਮੁਸਲਮਾਨ ਮੇਰੇ ਭਰਾ ਨੇ ਮੇਰੇ ਨਾਲ ਪਿਆਰ ਕਰਦੇ ਨੇ, ਯਾ ਅੱਲਾ ਜਿਹੜੀਆਂ ਮੇਰੀਆਂ ਬੱਚੀਆਂ ਨੇ, ਸਬਸਕ੍ਰਾਈਬਰ ਮੇਰੀਆਂ ਚੈਨਲ ਵੇਖਦੀਆਂ ਨੇ, ਮੇਰੀ ਇੱਕ ਬੇਟੀ ਹੈ, ਉਹਨੇ ਉਹਦੇ ਵਾਸਤੇ ਸਾਰਿਆਂ ਵਾਸਤੇ ਦੁਆ ਕੀਤੀ। ਪਰਵਰਦਿਗਾਰ ਸ਼ਾਇਦ ਇਹਦੇ ਵਿੱਚ ਕੋਈ ਬਿਹਤਰੀ ਹੈ ਕਿ ਮੈਂ ਉੱਧਰ ਨਹੀਂ ਜਾ ਸਕਿਆ, ਅਤੇ ਤੇਰੇ ਇਹ ਨੇਕ ਬੰਦੇ ਦੇ ਕਦਮਾਂ ਦੇ ਵਿੱਚ ਮੈਂ ਆ ਗਿਆ ਹਾਜ਼ਰੀ ਦੇਣ ਵਾਸਤੇ। ਪਰਵਰਦਿਗਾਰ ਇਹ ਵੀ ਰਜ਼ਾ ਤੇਰੀ, ਜਿੱਥੇ ਕੋਈ ਲਿਜਾਨਾ ਸੋਹਣਿਆ ਤੂੰ ਆਪ ਹੀ ਲਿਜਾਨਾ। ਮੇਰਾ ਤਾਂ ਇਰਾਦਾ ਕੁਛ ਹੋਰ ਸੀ, ਮਗਰ ਪਰਵਰਦਿਗਾਰ ਤੇਰੀ ਮਨਸ਼ਾ ਕੁਛ ਹੋਰ ਸੀ, ਇਸ ਵਾਸਤੇ ਮੈਂ ਇੱਥੇ ਆ ਗਿਆ। ਮੇਰੀ ਹਾਜ਼ਰੀ ਨੂੰ ਕਬੂਲ ਕਰ ਸੋਹਣਿਆ, ਮੈਂ ਸਾਰਿਆਂ ਦੀ ਦੁਆ ਮੰਗਦਾ ਪਿਆ ਇਸ ਦਰਬਾਰ ਦੇ ਉੱਤੇ। ਜਨਾਬ ਮੈਂ ਉੱਥੇ ਫਿਰ ਫਿਰਦਾ ਰਿਹਾ, ਪੜ੍ਹਦਾ ਰਿਹਾ, ਫਿਰ ਮੈਂ ਉੱਥੇ ਰਾਤ ਗੁਜ਼ਾਰੀ ਹੈ। ਅੱਲਾ ਤਾਲਾ ਦਾ ਸ਼ੁਕਰ ਹੈ ਕਿ ਮੈਂ ਆਪਣੇ ਘਰ ਹੁਣ ਵਾਪਸ ਆ ਗਿਆ, ਅਤੇ ਤੁਹਾਡੇ ਸਾਹਮਣੇ ਬੈਠਾ, ਤੁਹਾਡੀ ਮੁਹੱਬਤ ਨੂੰ ਦੋ ਹੱਥ ਚੁੱਕ ਕੇ ਸਲਾਮ, ਔਰ ਤੁਹਾਡੇ ਬੱਚਿਆਂ ਵਾਸਤੇ, ਤੁਹਾਡੀ ਫੈਮਿਲੀ ਵਾਸਤੇ ਜਨਾਬ ਦੁਆਗੋ ਹਾਂ ਕਿ ਤੁਸੀਂ ਇੰਨੀ ਮੁਹੱਬਤ ਦਾ ਮੁਜ਼ਾਹਰਾ ਕੀਤਾ ਹੈ। ਮੁਜ਼ਾਹਰਾ ਕੀ ਕੀਤਾ, ਤੁਸੀਂ ਇੰਨੀ ਬਾਬੇ ਦੇ ਨਾਲ ਮੁਹੱਬਤ ਰੱਖਦੇ ਜੇ, ਮੇਰੇ ਕੋਲ ਉਹ ਅਲਫਾਜ਼ ਹੀ ਨੇ, ਖੁਦਾ ਦੀ ਕਸਮ ਮੇਰੇ ਕੋਲ ਉਹ ਅਲਫਾਜ਼ ਨਹੀਂ ਨੇ, ਨਾ ਮੇਰੇ ਉਹ ਸੋਚ ਦੇ ਵਿੱਚ, ਮੇਰੇ ਦਿਮਾਗ ਦੇ ਵਿੱਚ ਉਹ ਲਫਜ਼ ਨਹੀਂ ਆਉਂਦੇ ਪਏ।
ਜਿਹੜੇ ਮੈਂ ਤੁਹਾਡੀ ਮੁਹੱਬਤ ਦੇ ਵਿੱਚ ਉਹ ਪੇਸ਼ ਕਰਾਂ। ਬਸ ਇਹੋ ਹੀ ਕਹਿ ਸਕਣਾ ਕਿ ਤੁਹਾਡੀ ਮੁਹੱਬਤ ਜਿੱਤ ਗਈ ਹੈ। ਤੁਸੀਂ ਬਹੁਤ ਮੁਹੱਬਤ ਕਰਦੇ ਜੇ, ਤੁਸੀਂ ਬਹੁਤ ਮੁਹੱਬਤ ਕਰਦੇ ਜੇ, ਉਹ ਕੀ ਮੈਂ ਇਸ ਤੋਂ ਜ਼ਿਆਦਾ ਕੀ ਕਹਿ ਸਕਣਾ। ਅੱਲਾ ਪਾਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਤੁਹਾਨੂੰ ਅੱਲਾ ਤਾਲਾ ਇੱਜ਼ਤਾਂ ਨਾਲ ਨਵਾਜ਼ੇ, ਤੁਸੀਂ ਇਸ ਗਰੀਬ ਬੁੱਢੇ ਨਾਲ ਪਿਆਰ ਕਰਦੇ ਜੇ। ਮੈਂ ਇਹ ਕਹਿੰਦਾ ਕਿ ਤੁਸੀਂ ਮੇਰੇ ਨਾਲ ਪਿਆਰ ਕਰਦੇ ਜੇ, ਅੱਲਾ ਸੋਹਣਿਆ ਤੂੰ ਇਹਨਾਂ ਨਾਲ ਪਿਆਰ ਕਰ। ਇਹ ਗਰੀਬ ਨਾਲ ਪਿਆਰ ਕਰਦੇ ਨੇ, ਸੋਹਣਿਆ ਮੈਂ ਗਰੀਬ ਜ਼ਰੂਰ ਹਾਂ ਮਗਰ ਮੇਰੀ ਦੁਆ ਗਰੀਬ ਨਹੀਂ। ਪਰਵਰਦਿਗਾਰ ਮੈਂ ਇਹਨਾਂ ਵਾਸਤੇ ਦੁਆ ਕਰਨਾ, ਤੂੰ ਇਹਨਾਂ ਨਾਲ ਪਿਆਰ ਕਰ ਸੋਹਣਿਆ, ਇਹ ਮੇਰੇ ਪਿਆਰ ਕਰਨ ਵਾਲੇ ਨੇ ਸੋਹਣਿਆ, ਸਾਰਿਆਂ ਨਾਲ ਯਾ ਅੱਲਾ ਤੂੰ ਪਿਆਰ ਕਰ, ਯਾ ਅੱਲਾ ਸਾਰਿਆਂ ਨਾਲ ਤੂੰ ਪਿਆਰ ਕਰ। ਇਜਾਜ਼ਤ ਚਾਹਨਾ ਇਨਸ਼ਾ ਅੱਲਾ, ਮੇਰੀ ਜ਼ਿੰਦਗੀ ਤੁਹਾਡੀ ਖਿਦਮਤ ਦੇ ਵਿੱਚ ਲੱਗ ਜਾਵੇ, ਮੇਰੀ ਜ਼ਿੰਦਗੀ ਤੁਹਾਡੇ ਪਿਆਰ ਦੇ ਵਿੱਚ ਬਿਖਰ ਜਾਵੇ, ਖਿੰਡ ਜਾਵੇ। ਮੈਂ ਆਪਣੀ ਖੁਸ਼ਕਿਸਮਤੀ ਸਮਝਾਂਗਾ, ਮੈਂ ਅੱਲਾ ਦਾ ਕੋਲੋਂ ਤੁਹਾਡਾ ਸਾਥ ਮੰਗਣਾ, ਅੱਲਾ ਕੋਲੋਂ ਅੱਲਾ ਦਾ ਸਾਥ ਮੰਗਣਾ। ਯਾ ਅੱਲਾ ਮੇਰੀ ਮੁਹੱਬਤ ਇਹਨਾਂ ਨਾਲ ਇਵੇਂ ਹੀ ਰੱਖੀ ਸੋਹਣਿਆ, ਮੇਰੀ ਮੁਹੱਬਤ ਪਰਵਰਦਿਗਾਰ ਇਹਨਾਂ ਨਾਲ ਇਵੇਂ ਹੀ ਰੱਖੀ, ਇਹ ਮੈਨੂੰ ਪਿਆਰ ਕਰਦੇ ਰਹਿਣ, ਮੈਂ ਇਹਨਾਂ ਨੂੰ ਪਿਆਰ ਕਰਦਾ ਰਹਾਂ ਸੋਹਣਿਆ। ਮੈਂ ਤੈਨੂੰ ਤੇਰਾ ਸ਼ੁਕਰਗੁਜ਼ਾਰ ਹਾਂ, ਤੂੰ ਐਡੇ ਪਿਆਰ ਕਰਨ ਵਾਲੇ ਯਾ ਅੱਲਾ ਮੈਨੂੰ ਦਿੱਤੇ ਨੇ। ਯਾ ਅੱਲਾ ਨੇ ਤਾਂ ਚੈਨਲ ਹੋਰ ਬਹੁਤ ਨੇ ਮਗਰ ਕਿਸੇ ਦੇ ਦਿਲ ਦੇ ਉੱਤੇ ਦਸਤਕ ਦੇਣੀ ਮਾਇਨਾ ਰੱਖਦੀ ਹੈ, ਕਿਸੇ ਦੇ ਦਿਲ ਤਿਕਰ ਪਹੁੰਚਣ ਵਾਸਤੇ ਸਦੀਆਂ ਕਰੋੜਾਂ ਲੱਗ ਜਾਂਦੀਆਂ ਨੇ ਅਤੇ ਦਿਲ ਤਿਕਰ ਨਹੀਂ ਪਹੁੰਚਿਆ ਜਾਂਦਾ। ਮੈਂ ਖੁਸ਼ਕਿਸਮਤ ਹਾਂ, ਮੈਂ ਤੁਹਾਡੇ ਦਿਲ ਦੇ ਉੱਤੇ ਦਸਤਕ ਦਿੱਤੀ ਹੈ। ਅੱਲਾ ਪਾਕ ਤੁਹਾਡਾ ਹਾਮੀ ਉਹ ਨਾਸਰ ਹੈ। ਇਜਾਜ਼ਤ ਚਾਹਨਾ ਬਾਬੇ ਨੂੰ, ਅੱਲਾ ਹਾਫਿਜ਼, ਅੱਲਾ ਨਿਗਹਿਬਾਨ।